Thank you.
ਇਹ ਮਨ ਪਿਆਰਿਆ ਸਦਾ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਚੁੰਦੇ ਦੇਖਦਾ ਤੇਰੇ ਚੱਲੇ ਨਾਹੀ ਨਾਲੇ, ਬਈ ਨਾਮ ਨੇ ਸਹਾਇਤਾ ਕਰਨੀ ਇੱਕ ਨਾਮ ਨੇ ਸਹਾਇਤਾ ਕਰਨੀ ਜਿੱਥੇ ਨੀ ਕੋਈ ਮਾਤ ਪਿਤਾ ਤੇਰਾ ਜਿੱਥੇ ਨੀ ਕੋਈ ਮਾਤ ਪਿਤਾ ਉੱਥੇ ਨਾਮ ਨੇ ਕਰਨੀ ਨਾਮ ਨੇ ਸਹਾਇਤਾ, ਇੱਕ ਨਾਮ ਨੇ ਸਹਾਇਤਾ ਤੇਰੀ ਕਰਨੀ, ਨਾਮ ਨੇ ਸਹਾਇਤਾ ਕਰਨੀ ਜੀ, ਜਿੱਥੇ ਨੀ ਕੋਈ ਮਾਤ ਪਿਤਾ ਪਿਆਰਿਆ, ਜਿੱਥੇ ਨਾ ਕੋਈ ਮਾਤ ਪਿਤਾ ਤੇਰੀ ਕਰਨੀ, ਜਿੱਥੇ ਨੀ ਕੋਈ ਮਾਤ ਪਿਤਾ ਤੇਰਾ, ਜਿੱਥੇ ਨਾ ਕੋਈ ਮਾਤ ਪਿਤਾ Thank you.
ਮਾਤ ਪਿਤਾ ਸੁਤ ਮਾ ਪਾਈ ਮਾਨੂ ਨਾਮ ਤੇਰੇ ਜੈ ਮਹਾਪਿਆਨ ਦੂਤ ਜਨ ਕੀੜੀਆਂ ਸੁਣੀ ਦੀਆਂ ਗਲੀਆਂ ਜਿੱਥੇ ਕੀੜੀਆਂ ਸੁਣੀ ਦੀਆਂ ਗਲੀਆਂ ਉਤੋਂ ਦੀ ਜਾਮ ਲੈ ਜਾਣਗੇ ਤੈਨੂੰ ਉਤੋਂ ਦੀ ਜਾਮ ਲੈ ਜਾਣਗੇ ਭਾਈ ਕੀੜੀਆਂ ਸੁਣੀ ਦੀਆਂ ਸੁਣੀ ਦੀਆਂ ਗਲੀਆਂ ਬਾਈ ਪੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਦੀ ਜਾਮ ਲੈ ਜਾਣਗੇ ਤੈਨੂੰ ਜਿੱਥੋਂ ਦੀ ਜਾਮ ਲੈ ਜਾਣਗੇ ਉੱਥੇ ਪੀੜੀਆਂ ਜਾਮ ਦਲ ਤੈ ਕੇਵਲ ਨਾਮ ਸੰਗ ਤੇਰੇ ਚਲ ਜੈ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਫਿਰ ਜਾਂ ਕੋ ਮੁਸ਼ਕਲ ਅਤ ਬਣੇ ਕੋਈ ਨਾ ਦੁਸ਼ਮਣਾ ਅਨਕ ਪੁਨਹ ਕਰਤ ਚਰਤ ਨਹੀਂ ਕਰੇ ਹਰ ਕੋ ਨਾ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੂ ਨਾਮ ਜਪੂ ਮਨ ਮੇਰੇ ਗੁਰਮੁਖ ਨਾਮ ਜਪੂ ਨਾਮ ਜਪੂ ਮਨ ਮੇਰੇ ਗੁਰਮੁਖ ਨਾਮ ਜਪੂ ਨਾਮ ਜਪੋ ਮਨ ਮੇਰੇ ਗੁਰਮੁਖ ਨਾਮ ਜਪੋ ਨਾਮ ਜਪੋ ਮਨ ਮੇਰੇ ਨਾਮ
ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂ ਕਨੇਰੇ। ਔਰ ਨਾਮ ਦੀ ਵਡਿਆਈ, ਨਾਮ ਜਿਨ੍ਹਾਂ ਨੇ ਜਪਿਆ ਔਰ ਆਪ ਕਰਮ ਯੋਗੀ ਹੋ ਕਰ ਸੰਸਾਰ ਵਿੱਚ ਨਾਮ ਜਪਾਉਣ ਵਾਲਾ ਜੀਵਨ, ਜਿਸ ਜੀਵਨ ਨੂੰ ਆਪ ਲੋਕ ਸਭ ਸੰਗਤਾਂ ਮਾਈ ਭਾਈ ਸਭ ਜਾਣਦੇ ਹੋਏ ਸਟੇਜ ਤੋਂ ਸੁਣ ਹੀ ਚੁੱਕੇ ਹੋ, ਔਰ ਸੁਣਦਿਆਂ ਸੁਣਦਿਆਂ ਵੀ ਬੜਾ ਸਮਾਂ ਹੋ ਗਿਆ। 30ਵੇਂ ਸਾਲ ਦਾ 27 ਕਿਉਂਕਿ ਅਵਸਥਾ ਦਾ ਜੀਵਨ ਜਿੱਥੇ 12 ਸਾਲ ਬਾਲਪਨ ਬੀਤੇ, 20 ਵਰਸ ਕੁਛ ਤਪਣਾ ਪਏ, ਪਰ ਇਹ ਇਨਸਾਨ ਨੂੰ ਜੀਵਨ ਵਿੱਚ 10 ਦਸ਼ਕਿਆਂ ਦੇ ਅੰਦਰ ਜੀਵਨ ਬਤੀਤ ਹੋ ਰਿਹਾ ਹੈ। ਕਲਯੁੱਗ ਦਾ ਸਮਾਂ 100 ਵਰੇ ਦੀ ਆਰਜ਼ੂ ਦੇ ਅੰਦਰ ਕੋਈ ਘੱਟ ਵੱਧ ਵੀ ਆਪਣਾ ਸਮਾਂ ਗੁਜ਼ਾਰ ਜਾਂਦੇ ਹੈ। ਕੋਈ ਸਵਾਸਾਂ ਦੀ ਪੂੰਜੀ ਔਰ ਜ਼ਿਆਦਾ ਪੁੰਨਦਾਨ ਬੀਜਿਆ ਹੋਵੇ ਤਾਂ ਜ਼ਿੰਦਗੀ ਜੀਵਨ ਲੰਮੀ ਉਮਰ ਵਾਲਾ ਹੋ ਜਾਂਦਾ ਹੈ। ਪੁੰਨ ਬੀਜਣ ਦਾ ਫਲ ਸੁਖਦਾਇਕ ਹੈ, ਸੁਖੀ ਹੋ ਜਾਣਾ ਅਥਵਾ ਸੁਰਗ ਲੋਕ ਤੱਕ 100-100,000,000 ਗੁਣਾ ਸੁੱਖ ਜਿਸ ਨੂੰ ਅਸੀਂ ਬੀਜਦੇ ਹਾਂ 100 ਗੁਣਾ ਵੱਧ ਜਾਣਾ। ਦਹਿ ਦੁਨੀਆ 70 ਆਖਰ, ਇੱਥੇ ਬੈਠਿਆਂ ਬੈਠਿਆਂ ਹੀ 10 ਗੁਣਾ ਹੋਰ ਸੁੱਖ, ਮਰਨ ਕਾਲ ਤੋਂ ਬਾਅਦ ਜੇ ਸੁੱਖ ਬੀਜਿਆ ਪੁੰਨ ਬੀਜਿਆ, ਮੋਕਸ਼ ਨਹੀਂ ਹੁੰਦੀ, ਮੁਕਤੀ ਨਹੀਂ। ਜੇ 1 ਸਾਲ ਦਾ ਪੁੰਨ ਵੀ ਬੀਜਿਆ ਹੋਇਆ, ਅੱਛਾ ਸੁੱਖ ਦਿੱਤਾ, ਤੇਰੇ ਸੁੱਖ ਕਰਮਾਂ ਵਿੱਚ ਲੇਖੇ ਵਿੱਚ ਆਇਆ, ਤਾਂ ਇਹਨੂੰ 70 ਸਾਲ ਬਹਿਸ਼ ਤੇ ਆਨੰਦ, ਸੁਰਗ ਦਾ ਆਨੰਦ ਸੁੱਖ ਮਿਲਦਾ। ਆਖਰ ਸੁਰਗ ਤੋਂ ਵੀ ਗਿਰ ਜਾਂਦਾ ਹੈ। ਦੇਵ ਲੋਕ ਵਾਲੀ ਦੇਹੀ ਹੁੰਦੀ ਹੈ, ਜਿਸ ਤਰ੍ਹਾਂ ਬਾਰਿਸ਼ ਹੋਣ ਦੇ ਸਮੇਂ ਵਿੱਚ ਇੱਕ ਬੂੰਦ ਤੋਂ ਲੈ ਕੇ ਛਾਛੜੇ ਪੈਂਦੇ ਨੇ, ਬੱਦਲ ਆਉਂਦੇ ਨੇ, ਔਰ ਸੁਰਗ ਲੋਕ ਦੇ ਪੁੰਨੀ ਪੁਰਸ਼ ਦਾ ਸਰੀਰ, ਉੱਥੇ ਕੋਈ ਮੜੀਆਂ ਨਹੀਂ ਹਨ, ਸ਼ਮਸ਼ਾਨ ਭੂਮੀ ਜਾਂ ਕਬਰ ਸਥਾਨ ਨਹੀਂ ਹੈ, ਸਭ ਮਾਤ ਲੋਕ ਵਿੱਚ ਗਿਰਦੇ ਨੇ।
ਪਾਣੀ ਦਾ ਰੂਪ ਹੋ ਕੇ, ਵਰਨ ਦੇਵ ਦਾ ਰੂਪ ਹੋ ਕੇ, ਜਲ ਰੂਪ ਦਾ ਵਰਨ ਦਾ 96 ਕਰੋੜ ਮੇਘਮਾਲਾ ਪੜ੍ਹਦੇ ਹੋ ਗੁਰਬਾਣੀ ਅਨੁਸਾਰ। ਔਰ ਬੜੇ ਪੁਰਾਣਾਂ ਦੇ ਵਿੱਚ ਸੁਖ ਕਿ ਸੁਰਗ ਲੋਕ ਵਿੱਚੋਂ ਜਿਵੇਂ ਰੂਹ ਥੋੜ੍ਹੀ ਥੋੜ੍ਹੀ ਉੱਧੜਦੀ, ਪੁਰਾਣਾ ਵਸਤਰ ਕੱਪੜਾ ਬਣ ਜਾਂਦਾ ਨਵੀਨ ਤੋਂ, ਆਖਿਰ ਉਹ ਗਲਦਾ ਗਲਦਾ ਪਾਣੀ ਵਿੱਚ ਸੁੱਟਦੇ ਹੋ, ਧਾਗੇ ਧਾਗੇ ਤੱਕ ਰੂਹ ਰੂਹ ਦੀ ਇੱਕ ਧਾਗੇ ਧਾਗੇ ਵਾਲੀ ਉਸਦੀ ਜ਼ਿੰਦਗੀ ਪਾਣੀ ਵਿੱਚ ਹੱਲ ਹੁੰਦੀ ਹੁੰਦੀ ਮਾਤ ਲੋਕ ਵਿੱਚ ਆ ਕੇ ਮੁੜ ਕੇ ਫਿਰ ਜਨਮ ਲੈਣਾ ਸ਼ੁਰੂ ਕਰ ਦਿੰਦੀ ਹੈ। ਔਰ ਇੱਥੇ ਹੀ ਉਸਨੂੰ ਉਹ ਐਸੇ ਪਾਣੀ ਦਾ ਰੂਪ ਹੋਇਆ, ਪਾਣੀ ਤੋਂ ਫਿਰ ਬਨਸਪਤੀ ਆਦਿ ਫਸਲਾਂ ਨੇ ਸਾਡੀਆਂ ਤੱਤ ਹਨ, ਪਸ਼ੂ ਚੁਗਦੇ ਨੇ, ਪੱਠੇ ਚੁਗਦੇ ਨੇ, ਫਿਰ ਉਸਦੇ ਦੁੱਧ ਆਦਿ ਖੁਰਾਕਾਂ ਬਣਦੀਆਂ ਬਣਦੀਆਂ ਤੱਤ ਬਣ ਜਾਂਦੇ ਹਨ। ਤੱਤਾਂ ਨੂੰ ਇਨਸਾਨ, ਹੈਵਾਨ, ਗੈਵਾਨ, ਪਸ਼ੂ, ਪੰਛੀ, ਜੀਵ ਜੰਤ ਚੁਗਦੇ ਹਨ। ਜੈਸੀ ਕੋਈ ਕਰਨੀ ਕਰਕੇ ਆਇਆ ਮੁੜ ਕੇ, ਇਹੀ ਨਹੀਂ ਕਿ ਬਾਦਸ਼ਾਹ ਹੀ ਬਣੂਗਾ, ਇਨਸਾਨ ਹੀ ਬਣੂ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਐਸੇ ਜਨਮਾਂ ਵਿੱਚ ਬਹੁਤ ਲੋਕ ਹਨ ਜਿਹੜੇ ਮੱਛੀਆਂ ਦੇ ਰੂਪ ਹੀ, ਕਿਆ ਕਹੇ, ਕੀੜੇ ਪਤੰਗੇ, ਹਾਥੀ, ਘੋੜੇ, ਪਾਖਰ, ਲੱਕ ਬਿਰਸ਼ਾਂ ਦੀਆਂ ਜੁੰਨੀਆਂ ਤੱਕ ਵੀ, ਕਿਤੇ ਨਾਗ ਕੁਲੀ ਮੈਂ ਆਏ ਐਸੇ ਬਹੁਤ ਕੇ, ਕਿਤੇ ਪੰਖ ਉਡਾਏ ਨੇ। ਇਹ ਇਨਸਾਨ ਮੁੜ ਕੇ ਆ ਕੇ ਉਹਨਾਂ ਤੱਤਾਂ ਤੋਂ ਖੁਰਾਕ ਜਿਹੜੀ ਮਿਲੀ, ਜਿਸ ਜਿਸ ਨੂੰ ਵੀ ਮਿਲੀ, ਭਾਵੇਂ ਪੰਛੀਆਂ ਨੂੰ ਮਿਲ ਗਈ, ਬਨਸਪਤੀ ਨੂੰ, ਬਿਰਸ਼ਾਂ ਨੂੰ, 21 ਲੱਖ ਜੋਨੀ ਹੈ, ਬਿਰਸ਼ਾਂ ਨੂੰ ਵੀ ਮਿਲ ਗਿਆ ਪਾਣੀ, ਉਹਦੇ ਵਿੱਚ ਤੱਤ ਪੈਦਾ ਹੋ ਗਏ। ਔਰ ਹੋਰ ਵੀ ਬਨਸਪਤੀ ਫੁੱਲ ਫਲ ਲੱਗ ਕੇ ਨਰਸਰੀਆਂ ਲੱਗ ਜਾਂਦੀਆਂ। ਇਹ ਸੁਰਗ ਲੋਕ ਦੇ ਸੁੱਖ ਦੀ ਕਿਤਨਾ ਕੁ ਚਿਰ ਹੈ, ਉਹਨੂੰ ਵੀ ਖੇਨ ਭੰਗਰ ਕਿਹਾ ਹੈ। ਥੋੜ੍ਹਾ ਜਿਹਾ ਚਿਰ ਦੇਖਿਆ, ਐਸ਼ੋ ਇਸ਼ਰਤਾਂ ਕੀਤੀਆਂ, ਔਰ ਮਾਤ ਲੋਕ ਵਿੱਚ ਆ ਕੇ ਐਸਾ, ਉਹ ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਪੰਖ ਉਡਾਏ ਨੇ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਪੰਖ ਉਡਾਏ ਨੇ, ਕਿਤੇ ਨਾਗ ਕੁਲੀ ਮੈਂ ਆਏ, ਨਾਗ ਕੁਲੀ ਮੈਂ ਆਏ, ਕਿਤੇ ਪੰਖ ਉਡਾਏ, ਤੂੰ ਕਿਤੇ ਪੰਖ ਉਡਾਏ ਨੇ,
ਜਨਮ ਨਹੀਂ। ਸ਼ਾਸਤਰ ਅਨੁਸਾਰ ਵੀ ਜਿਵੇਂ ਦੋਸ਼ੀ ਬਣਦਾ ਇਹ ਜਨਮ ਮਰਨ ਦੇ ਚੱਕਰ ਵਿੱਚ ਪੈ ਗਿਆ, ਸੁਰਗ ਲੋਕ 'ਚੋਂ ਗਿਰ ਕੇ ਆ ਕੇ ਅੰਡੇ 'ਚ, ਅੰਡਿਆਂ ਦੀਆਂ ਜੂਨੀਆਂ 'ਚ ਪੰਛੀ ਉੱਡਣ ਵਾਲੇ ਹਨ। ਜ਼ੇਰ ਤੋਂ ਪੈ ਅੰਡੇ ਜ਼ੇਰ ਸੇਤ ਉਤਪਜੀ ਚਾਰੇ ਖਾਣੀਆਂ ਹਨ। ਇਸੇ ਕਰਕੇ ਹੀ ਮਾਨਸ ਜਨਮ ਦੁਰਲੱਭ ਵੀ ਕਿਹਾ, ਉੱਤਮ ਵੀ ਕਿਹਾ, ਹੀਰੇ ਜੈਸਾ ਜਨਮ ਵੀ ਕਿਹਾ। ਸਾਰੀਆਂ ਜੂਨਾਂ ਦਾ ਇਸ ਨੂੰ ਸਿੱਕਦਾਰ ਸਿੱਕਾ ਚੱਲਦਾ। ਸਿੱਕਦਾਰ ਦਾ ਅਰਥ ਬਾਦਸ਼ਾਹ ਵੀ ਹੈ, ਹੁਕਮਰਾਨ। ਇੱਕ ਤਾਂ ਸਿੱਕਦਾਰ ਦਾ ਥਾਣੇਦਾਰ ਜਿਵੇਂ ਹੁਕਮ ਕਰਦਾ ਹੈ, ਸੰਪਰਦਾ 'ਚ ਦੋ ਤਿੰਨ ਅਰਥ ਐਸੇ ਕੀਤੇ ਹੋਏ ਨੇ। ਜਾਓ ਉਹਨੂੰ ਪਕੜ ਲਿਆਓ, ਉਹਨੂੰ ਪੇਸ਼ ਕਰੋ, ਥਾਣੇ 'ਚ ਹੁਕਮ ਹੋ ਗਿਆ। ਥਾਣੇਦਾਰ ਵੀ ਕਿਹਾ, ਸਿੱਕਾ ਬਾਦਸ਼ਾਹ ਵੀ ਹਕੂਮਤ ਕਰਦਾ। ਇਸ ਧਰਤੀ ਮੈਂ ਤੇਰੀ ਸਿੱਕਦਾਰੀ, ਅਵਰ ਜ਼ੋਨ ਤੇਰੀ ਪਨਿਹਾਰੀ, ਤਮਾਮ ਜੂਨਾਂ ਤੇਰਾ ਪਾਣੀ ਭਰਦੀਆਂ ਹਨ। ਹਾਥੀ, ਸ਼ੇਰੇ, ਬਘੇਰੇ, ਬਘਾੜ ਆਦਿਕ ਲੋਕ, ਜੀਵਾਂ ਨੂੰ ਖਾਣ ਵਾਲੇ ਮਾਸਾਹਾਰੀ ਲੋਕ ਸਾਰੇ ਹੀ ਤੇਰਾ ਪਾਣੀ ਭਰਦੇ ਨੇ, ਤੇਰੇ ਮੂਹਰੇ ਚੱਲਦੇ ਨੇ। ਸਾਰਿਆਂ ਨਾਲੋਂ ਸਰਦਾਰੀ, ਸਿੱਕਦਾਰੀ ਔਰ ਪਾਣੀ ਭਰਨ ਵਾਲੀਆਂ ਜੂਨਾਂ ਤੇਰੇ ਅਧੀਨ ਹਨ। ਪਰ ਦੇਖੀ, ਅੱਗੇ ਚੈਲੇਂਜ ਕੀਤਾ, ਇਸ ਪੌੜੀ 'ਤੇ ਜੋ ਨਰ ਚੁੱਕਾ, ਇਸ ਸਟੈਪ ਮਿਲ ਗਿਆ ਇੱਕ ਮਾਨਸ ਜਨਮ ਦਾ। ਜੇ ਹੁਣ ਤੂੰ ਚੁੱਕ ਗਿਆ, ਭੁੱਲ ਗਿਆ, ਫਿਰ ਕੀ ਹੋਊਗਾ? ਸੋ ਆਏ ਜਾਏ ਦੁੱਖ ਪਾਏ ਦਾ, ਜੰਮਣਾ ਅਤੇ ਮਰਨਾ, ਆਉਣਾ ਆ ਗਿਆ ਅਤੇ ਚਲਿਆ ਗਿਆ। ਇੱਕ ਦਫ਼ਾ ਨਹੀਂ, ਕਈ ਵਾਰ ਪਸਰਿਓ ਪਾਸਾਰ। ਇਹ ਸ੍ਰਿਸ਼ਟੀ ਦੀ ਰਚਨਾ ਤੋਂ ਪੈਦਾਇਸ਼, ਜਨਮ ਅਤੇ ਮਰਨ, ਭਾਵ ਸੰਸਾਰ ਜਨਮ ਮਰਨ ਦੇ ਚੱਕਰ ਵਿੱਚ ਕਲੇਸ਼ ਖੜ੍ਹੇ ਕਰ ਲੇਤੇ। ਦੁੱਖਾਂ ਵਾਲੀਆਂ ਜੂਨਾਂ ਇਸ ਪੌੜੀ 'ਤੇ ਜੋ ਨਰ ਚੁੱਕੇ, ਜਿਹੜਾ ਹੁਣ ਮਾਨਸ ਜਨਮ ਨੂੰ ਭੁਲਾ ਜਾਏਗਾ, ਭੁੱਲ ਜਾਏਗਾ, ਚਲੋ ਦੇਖੀ ਜਾਊਗੀ ਉਹਨੂੰ। ਸੋ ਆਏ ਜਾਏ ਦੁੱਖ ਪਾਏ ਦਾ, ਆਉਣਾ ਅਤੇ ਜਾਣਾ, ਜੰਮਣ ਅਤੇ ਮਰਨਾ, ਜੰਮਤੇ ਅਤੇ ਮਰਦਾ ਹੈ। ਐਸੇ ਇਨਸਾਨ ਜੀਵਨ ਦੇ ਅੰਦਰ ਹਉ ਵਿੱਚ ਆਇਆ, ਹਉ ਵਿੱਚ ਗਿਆ, ਕੀ ਲੈਣਾ ਹੈ, ਹਉ ਨਾ ਮੰਗਤਾ, ਹਉ ਮੈਂ ਕਰਦਾ। ਇਹ ਇਨਸਾਨ ਤੋਂ ਸਤਵਾਂ ਸਲੋਕ ਰੋਜ਼ਾ ਸਹਿਜੀ ਵਾਰ ਦਾ ਵੀ ਪੜ੍ਹਦੇ ਹਾਂ, ਪਵਿੱਤਰ ਧਾਰਨਾ ਪੜ੍ਹੀ ਜਾਂਦੀ ਹੈ। ਉਹ ਜੰਮਦਾ ਤੇ ਮਰਦਾ ਹੈ ਹਉ ਮੈਂ ਵਿੱਚ ਆ ਕੇ ਬੰਦਾ, ਜੰਮਦਾ ਤੇ ਮਰਦਾ ਫਿਰਦਾ ਹਉ ਮੈਂ ਵਿੱਚ ਆਇਆ ਬੰਦਾ। ਜੰਮਦਾ ਤੇ ਮਰਦਾ ਫਿਰਦਾ ਹੋ ਮੈਂ ਵਿੱਚ ਆ ਕੇ ਬੰਦਾ।
ਮੈਂ ਵਿੱਚ ਆ ਕੇ ਪ੍ਰਾਣੀ, ਹੋ ਮੈਂ ਵਿੱਚ ਆ ਕੇ ਪ੍ਰਾਣੀ, ਮੈਂ ਵਿੱਚ ਆ ਕੇ ਬੰਬਾ, ਹੋ ਮੈਂ ਵਿੱਚ ਆ ਕੇ ਬੰਬਾ, ਕੇ ਪ੍ਰਾਣੀ, ਮੈਂ ਵਿੱਚ ਆ ਕੇ ਪ੍ਰਾਣੀ, ਜਮਦਾ ਸੀ ਮਰਦਾ ਹੈ, ਹੋ ਮੈਂ ਵਿੱਚ ਆ ਕੇ ਪ੍ਰਾਣੀ, ਜਮਦਾ ਸੀ ਮਰਦਾ ਫਿਰਦਾ, ਹੋ ਮੈਂ ਵਿੱਚ ਆ ਕੇ ਪ੍ਰਾਣੀ, ਅਰਦਾਸ ਨੂੰ ਵੀ ਇਸ ਸ਼ਬਦ ਦੇ ਨਾਲ ਗੁਰੂ ਬਾਬਾ ਜੀ ਜਗਤ ਗੁਰੂ ਨਾਨਕ ਸਾਹਿਬਾਨ ਉਪਦੇਸ਼ ਦਿੱਤਾ ਸੀ। ਹੋ ਮੈਂ ਦਾ ਸਭ ਤੋਂ ਵੱਡਾ ਰੋਗ, ਹੋ ਹੰਗਤਾ ਮੈਂ ਮਮਤਾ, ਹੋ ਵਿੱਚ ਮੈਂ ਹੀ ਕਰਤਾ, ਮੇਰਾ ਹੀ ਕੀਤਾ ਹੋ ਰਿਹਾ, ਮੇਰੇ ਬਿਨਾਂ ਅਗਰ ਮੈਂ ਨਾ ਹੋਵਾਂ। ਘਰ ਵਾਲਿਆਂ ਨੂੰ ਵੀ ਚੈਲੰਜ ਕਰੀ ਜਾਂਦਾ ਹੁੰਦਾ, ਘਰ ਵਾਲੀ ਨੂੰ ਵੀ, ਪੁੱਤਰਾਂ ਧੀਆਂ ਨੂੰ ਵੀ, ਅਗਰ ਮੈਂ ਨਾ ਹੋਵਾਂ ਤਾਂ ਤੁਸੀਂ ਭੁੱਖੇ ਮਰ ਜਾਓਗੇ। ਕਮਾਲ ਹੈ, ਆਪੇ ਹੀ ਰੱਬ ਬਣ ਜਾਂਦਾ, ਆਪੇ ਹੀ ਦਾਤਾ ਬਣ ਜਾਂਦਾ। ਇਹਨੂੰ ਹੋ ਕਿਹਾ, ਕੀਤੇ ਕੋ ਮੇਰਾ ਸਮਾਨੈ ਕਰਨ ਹਾਰ ਤਿਰਣ ਜਾਣੇ, ਜਿਸਨੇ ਤੈਨੂੰ ਇੰਨਾ ਕੁਛ ਦਿੱਤਾ ਹੈ, ਜਿਤਨੇ ਐਡੀਆਂ ਦਾਤਾਂ ਦਿੱਤੀਆਂ ਨੇ, ਇੱਥੇ ਤੱਕ ਪਹੁੰਚਾ ਦਿੱਤਾ, ਹੁਣ ਤੂੰ ਯਾਦ ਤਾਂ ਕਰ। ਮੇਰਾ ਆਪ ਤਾਂ ਤੂੰ ਪਹਾੜ ਬਣ ਬੈਠਾ, ਮੇਰਾ ਨਾਮ ਪਹਾੜ, ਇੱਕ ਮੇਰ ਵਿੱਚ ਆ ਗਈ ਮੇਰ, ਜਿਸਨੇ ਦਾਤ ਦਿੱਤੀ ਹੈ ਕਰਨਹਾਰ ਨੂੰ, ਤਿਰਨ ਇੱਕ ਕਾਫੂਸ ਤਿੜ ਸਮਝਦਾ ਹੈ ਤੂੰ, ਤੋ ਹੋ ਦਾ ਸਰੂਪ ਐਸਾ, ਹੋ ਵਿੱਚ ਆਇਆ, ਹੋ ਵਿੱਚ ਗਿਆ, ਹੋ ਵਿੱਚ ਜੰਮਿਆ, ਹੋ ਵਿੱਚ ਮੂਆ, ਹੋ ਵਿੱਚ ਦਿੱਤਾ, ਹੋ ਵਿੱਚ ਲਿਆ, ਹੋ ਵਿੱਚ ਖਟਿਆ, ਹੋ ਵਿੱਚ ਹੋ ਵਿੱਚ ਸੁਚਾਰ ਕੂੜਿਆ, ਹੋ ਵਿੱਚ ਪਾਪ ਪੁੰਨ ਵਿਚਾਰ, ਪਾਪ ਅਤੇ ਪੁੰਨ ਐਸੇ ਮੈਂ ਸੁਰਗ ਲੋਕ ਵਿੱਚ ਪੁੰਨ ਬੀਜ ਕੇ ਉੱਥੋਂ ਗਿਰ ਜਾਂਦਾ ਹੈ, ਪਰ ਮੋਕਸ਼ ਨਹੀਂ ਹੋਈ, ਉਹਦੀ ਮੁਕਤੀ ਨਹੀਂ ਹੋਈ, ਜੰਮਣ ਮਰਨ ਦੇ ਕਲੇਸ਼ ਚੱਕਰ ਵਿੱਚ ਪਿਆ, ਪੁੱਠਾ ਲਟਕਦਾ 84 ਦੇ ਹੇਠ। ਹਾਂ, ਨਰਕ ਸੁਰਗ ਹੋਏ ਪਹੁੰਚਣਾ ਹੋਏ, ਬਾਰ ਬਾਰ ਅਵਤਾਰ। ਇੱਕ ਦਿਨ ਸੰਜੇ ਭਗਵਾਨ ਦੇ ਸ਼ਰਨ ਵਿੱਚ ਮਹਾਰਾਜਾ ਧ੍ਰਿਤਰਾਸ਼ਟਰ ਚਰਨਾਂ ਵਿੱਚ ਗਏ। ਆਪ ਨੂੰ ਬਹੁਤ ਅਫਾਗੇ ਸਾਖੀ ਤੋਂ ਸੁਣਾਈ ਹੈ, ਇਤਿਹਾਸ ਹੀ ਹੈ ਇੱਕ ਮਹਾਂਭਾਰਤ ਦਾ, ਸਾਖੀ ਹੁਣ ਬੋਲ ਰਹੇ ਹੈ। ਧ੍ਰਿਤਰਾਸ਼ਟਰ ਕਹਿ ਰਹੇ ਉੱਤੇ ਥੋੜ੍ਹਾ ਜਿਹਾ ਹਿਸਾਬ ਨਹੀਂ ਕਹਿਣ ਲੱਗੇ, ਕਿਉਂਕਿ ਨੇਤਰ ਦੋ ਨਹੀਂ ਸੀ ਭਗਵਾਨ ਨੇ ਦਿੱਤੇ ਉਸਨੂੰ,
ਰਾਜ ਭਾਗ ਦਾ ਮਾਲਕ ਹੈ। ਅੱਗੇ ਕੈਰਵ ਅਤੇ ਪਾਂਡਵਾਂ ਵਾਲੇ ਯੁੱਧ ਹੋਣੇ ਨੇ, ਕਿੱਡੀ ਵੱਡੀ ਕੁੱਲ ਦਾ ਆਚਾਰੀਆ, ਗੁਰੂ, ਮੁਖੀ, ਆਗੂ, ਮੋਢੀ। ਭਗਵਾਨ ਸੰਜੇ ਨੂੰ ਕਹਿਣ ਲੱਗੇ, ਮਹਾਰਾਜ ਮੈਨੂੰ ਰਾਜ ਤਖਤ ਦੀਆਂ ਵਡਿਆਈਆਂ ਮਿਲ ਗਈਆਂ, ਤਾਜ ਵੀ ਮੇਰੇ ਚਲਾਉਂਦੇ ਹਨ, ਸਿਰ 'ਤੇ ਪਹਿਨਾਉਂਦੇ ਹਨ, ਛਤਰ ਚਲਾਉਂਦੇ ਹਨ, ਫੌਜਾਂ ਅਤੇ ਹਕੂਮਤ ਸੈਨਾ ਵੀ ਮੈਨੂੰ ਮਿਲ ਗਈ, ਰਾਜ ਭਾਗ ਮਿਲ ਗਿਆ, ਰੱਥ, ਬੱਗੀਆਂ, ਘੋੜੇ, ਹਾਥੀ, ਪੱਖ, ਰੰਦ ਸਭ ਕੁਛ ਹਾਸਿਲ ਹੈ, ਔਰ ਰਣਵਾਸ ਵੀ ਹੈ, ਰਾਣੀਆਂ ਮਹਾਰਾਣੀਆਂ ਤਮਾਮ ਸੁੱਖ ਦੁਨੀਆ ਦੇ ਮੈਨੂੰ ਮਿਲ ਗਏ ਨੇ, ਪਰ ਆ ਮੇਰੇ ਨਾਲ ਕੀ ਬਣੀ, ਜਿਵੇਂ ਆਮ ਕਹਿੰਦੇ ਤੇਰਵੀਂ ਕੀ ਬਣ ਗਈ, ਕਿਹੜੀ? ਇਹ ਭਗਵਾਨ ਮੈਨੂੰ ਦੋ ਨੇਤਰ ਕਿਉਂ ਨਹੀਂ ਬਖਸ਼ੇ, ਦੁਨੀਆ ਵਾਲੇ ਨੇਤਰ ਨਹੀਂ ਮਿਲੇ? ਸੰਜੇ ਭਗਵਾਨ ਕਹਿਣ ਲੱਗੇ, ਜਿਹੜੇ ਬੈਠੇ ਹੀ ਹਸਤਨਾਪੁਰ ਦੇ ਅੰਦਰ ਸਭ ਕੁਛ ਦੇਖ ਦਿਖਾ ਰਹੇ ਨੇ ਯੁੱਧ ਹੁੰਦਾ, ਉਹ ਦੋ ਦੋ ਲੋਚਨ ਸਰਵਜਨਨ, ਤਰੇ ਲੋਚਨ ਵਿਦਵਾਨੰ, ਦੋ ਤੋਂ ਸਭ ਨੂੰ ਨੇਤਰ ਮਿਲ ਗਏ, ਕਈ ਦੋ ਤੋਂ ਵੀ ਹੁਣ ਵਾਂਝੇ ਖਾਲੀ ਦੀ ਗੱਲ, ਇੱਕ ਕਥਾ ਦਾ ਰੂਪ ਇਤਿਹਾਸ ਮਹਾਭਾਰਤ ਦਾ ਹੈ। ਤਰੇ ਲੋਚਨ ਤੀਸਰਾ ਵਿਦਵਾਨ ਦਾ ਹੈ, ਪਰਾ ਅਤੇ ਅਪਰਾ ਵਿੱਦਿਆ, ਲੋਕਲ ਵਿੱਦਿਆ ਅਤੇ ਤਰੱਬੀ ਵਿੱਦਿਆ, ਅਧਿਆਤਮ, ਵੇਦ, ਪੁਰਾਣ, ਵੇਦ ਕਿਤੇ ਕਹੋ ਮਤ ਝੂਠੇ, ਸੱਚ ਦੇ ਲੜ ਲੱਗ ਜਾਣਾ, ਬ੍ਰਹਮ ਵਿੱਦਿਆ ਪ੍ਰਾਪਤ ਹੋ ਜਾਣੀ, ਧਰਮ ਮਿਲ ਜੇ, ਕਰਮ ਮਿਲ ਜੇ, ਭਗਤੀ ਮਿਲ ਜੇ, ਨੇਮ ਕਰੇ, ਨਿਯਮ ਪਰਣ ਰੱਖੇ ਆਪਣਾ, ਸ਼ੁਭ ਸ਼ੁਭ ਦਾ, ਇਹ ਕਰਨਾ ਇਹ ਨਹੀਂ ਕਰਨਾ, ਪਰਹੇਜ਼ ਵੀ ਰੱਖੇ, ਬਚੇ ਵੀ, ਵਰਤ ਰੱਖੇ, ਵਰਤ ਮਨ ਸੰਤੋਖ, ਸਿੱਖ ਦਾ ਵਰਤ ਕੀ ਹੈ? ਕਈ ਕਹਿ ਦੇਣਗੇ ਭੁੱਖੇ ਮਰਨ ਵਾਲਾ, ਨਹੀਂ ਭਾਈ ਹੈ, ਰੱਖਦੇ ਵੀ ਨੇ, ਭੁੱਖੇ ਵੀ ਮਰਨਾ, ਕਿਸ ਦੇ ਖਾਤਰ ਮਰਨਾ ਪੈਂਦਾ ਹੈ, ਕੁਝ ਹੱਲ ਵੀ ਹੁੰਦਾ ਹੈ ਉਸ ਤੋਂ, ਵੀ ਮੈਂ ਮਰਜੂ ਨਹੀਂ ਜਿੰਨਾ ਚਿਰ ਮੈਨੂੰ ਤੁਸੀਂ ਹੇ ਪ੍ਰਭੂ ਹੇ ਪਰਮਾਤਮ ਦੇਵ ਧੰਨੇ ਭਗਤ ਨੇ ਹੀ ਪਰਨ ਕਰ ਲਿਆ ਸੀ, ਅਗਰ ਨਾ ਮਿਲੇ ਮੇਰੇ ਗੁਰੂਦੇਵ ਤਰਲੋਚਨ ਜੀ ਨੇ ਕਿਹਾ ਜ਼ਰੂਰ ਭੋਜਨ ਛਕੂਗਾ ਤੇਰਾ, ਜ਼ਰੂਰ ਛਕੂਗਾ, ਨਾ ਮਿਲੇ ਤਾਂ ਐਸੇ ਹੀ ਅੱਠ ਪਹਿਰ ਲੰਘੇ, ਫਿਰ ਛੁਰੀ ਚੱਕ ਕੇ ਵਗਾਉਣ ਲੱਗੇ ਤੰਨਾ ਭਗਤ ਜੀ, ਹੱਥ ਪਕੜ ਲਿਆ ਭਗਵਾਨ ਨੇ ਆ ਕੇ ਉਹਦੀ, ਇਹ ਪਰਣ ਹੈ, ਧਰਮ ਕਰਮ ਦੀ ਗੱਲ, ਵਰਤ ਦੀ, ਪੂਜਾ ਦੀ, ਆਸਾ ਦੀ, ਇਸ਼ਟ ਉਪਾਸ਼ਨਾ, ਖਾਣ ਪਾਨ ਪਹਿਰਾਨ, ਇੱਕ ਗੱਲ ਥੋੜ੍ਹਾ ਹੈ ਧਰਮ ਦੀ, ਕਿੰਨੇ ਸ਼ਿੰਗਾਰ ਅੰਤਰਮੁਖ ਬਿਰਤੀ ਕਰਕੇ ਧਾਰਨ ਕਰਨੇ ਪੈਂਦੇ ਨੇ, ਪ੍ਰਭੂ ਦੇ ਦਰਸ਼ਨਾਂ ਹੈ, ਦੇਵਤਿਆਂ ਦਰਸ਼ਨ ਕਹਿ ਤਾਂ ਹੀ ਦੁੱਖ ਭੁੱਖ ਤੀਰਥ ਕੀਏ, ਕਿਹਦੇ ਦਰਸ਼ਨ ਚਾਹੁੰਦੇ ਸੀ? ਦੇਵਤੇ ਲੋਕ ਵੀ, ਦੇਵ ਲੋਕ ਦੀ ਕਥਾ ਹੋਈ, ਉੱਥੋਂ ਗਿਰ ਜਾਂਦਾ ਹੈ, ਤਾਂ ਨਰਕ ਸੁਰਗ ਦੀ ਗੱਲ ਚੱਲ ਰਹੀ ਸੀ, ਬੁਰਿਆਈਆਂ ਵਾਲੇ ਲੋਕਾਂ ਨੂੰ ਦੋਜਕਾਂ ਵਿੱਚ, ਨਰਕਾਂ ਵਿੱਚ ਸੁੱਟਿਆ ਜਾਂਦਾ ਹੈ, ਪੁੰਨ ਬੀਜਿਆ ਚੰਗਿਆਈ ਵਾਲੇ ਪੁਰਸ਼ਾਂ ਨੂੰ ਸੁਰਗ ਵੈਸ਼ ਦੀ ਪ੍ਰਾਪਤੀ ਹੁੰਦੀ ਹੈ, ਤੀਸਰੀ ਸਟੇਜ ਤੋਂ ਨਾਮ ਜਪਣ ਵਾਲਿਆਂ ਦੀ ਹੈ, ਭਗਤਾਂ ਦਾ ਦੇਸ਼ ਮਿਲਦਾ ਇਸ ਤੋਂ ਬਾਅਦ, ਜੇ ਇਹ ਇਹਨਾਂ ਗੱਲਾਂ ਤੋਂ ਉੱਚਾ ਲੰਘਿਆ ਹੈ ਮਹਾਂਪੁਰਸ਼ ਦਾ ਅੱਜ ਪ੍ਰਤਾਪ, ਜਿਸ ਦੇ ਯਾਦ ਵਿੱਚ ਆਪ ਸੰਗਤਾਂ ਜੁੜੇ ਬੈਠੇ ਹੋ, ਉੱਥੇ ਤੱਕ ਥੋੜ੍ਹਾ ਬਹੁਤਾ ਜੋ ਬੋਲਿਆ ਜਾਊਗਾ ਪਿਆਰ ਨਾਲ, ਸੰਦੇਸ਼ ਹੀ ਹੈ, ਯਾਦ ਹੈ, ਤਾਂ ਸੁਰਗ ਹਜ਼ੂਰ ਕਹਿੰਦੇ ਐਸੇ ਸੁਰਗ ਦੀ ਜਿਹੜਾ ਸਦਾ ਰਹਿਣ ਵਾਲਾ ਨਹੀਂ ਹੈ, ਮੈਨੂੰ ਲੋੜ ਨਹੀਂ ਹੈ,
ਕਬੀਰ ਜੀ ਕਹਿੰਦੇ ਹਨ, ਕਬੀਰ ਨਰਕ ਸੁਰਗ 'ਤੇ ਮੈਂ ਰਹੇ ਹੋ, ਮੈਂ ਹੁਣ ਭਗਤੀ ਭਾਵ ਵਿੱਚ ਹਾਂ। ਭਗਤ ਕਬੀਰ ਜੀ ਦਾ ਲਕਸ਼ ਸਵਾਮੀ ਰਾਮਾਨੰਦ, ਮੇਰੇ ਗੁਰੂਦੇਵ ਨੇ ਮੈਨੂੰ ਦੋ ਅੱਖਰਾਂ ਦਾ ਇੱਕ ਬਣਾਤਾ, ਰਾਮ 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 ਪਿਆਰੇ ਰਾਮ ਕੋ। ਬਸ ਇਹ ਨਾਮ ਜਪਣ ਵਾਲਿਆਂ ਦਾ ਤੀਸਰਾ ਦਰਜਾ ਹੈ। ਇਸੇ ਵਿੱਚ ਆਨੰਦ ਮਗਨ ਹੋ ਜਾਣਾ, ਚੌਥਾ ਦੇਸ਼ ਸਮਾਧੀ ਲੱਗ ਜਾਣੀ, ਜਿੱਥੇ ਸਦਾ ਹੀ ਦਿਨ ਰਾਤ ਸਮਾ ਜਾਣਾ, ਬੁੱਧ ਪ੍ਰਕਾਸ਼ ਅੰਦਰ, ਜਿਸ ਨੂੰ ਸੁਬੋਧ ਪ੍ਰਬੋਧ ਵੀ ਕਿਹਾ, ਮਨ ਪ੍ਰਬੋਧੋ ਹਰ ਕਹਿ ਨਾਏ, ਦਹਿ ਦਿਸ ਧਾਵਤ ਆ ਬੈਠਾ, ਤੁਰਦਾ ਫਿਰਦਾ ਵੀ ਤੂੰ ਕੀ ਸਮਾਧੀ ਲਗਾ ਸਕਦਾ ਹੈ? ਹਾਂ ਲਾ ਸਕਦੇ, ਲਗਾ ਸਕਦੇ ਹਾਂ। ਆਪਦੇ ਮਨ ਨੂੰ ਹੀ ਸਮਝਾਈ ਜਾਣਾ, ਇਸ ਮੂਰਖ ਮਨ ਨੂੰ ਮੋੜ ਮੋੜ ਕੇ ਜਿਹੜਾ ਇੱਧਰ ਜਾਂਦਾ ਹੈ, ਦਹਿ ਦਿਸ ਧਾਵਤ ਆ ਬੈਠਾ ਹੈ, ਉੱਤਰ ਦੱਖਣ ਪੂਰਬ ਪੱਛਮ ਚਾਰੇ ਕੋਨੇ ਧਰਤੀ ਅਤੇ ਆਕਾਸ਼ 10 ਦਿਸ਼ਾ ਬਣ ਗਈਆਂ। 10 ਦਿਸ਼ਾ ਨੂੰ ਕੁੰਡੇ ਬਾਰਾ ਹਸਤੀ ਉੱਤੇ ਹਥਵਾਨ ਹੁੰਦਾ, ਅੰਕਸ ਉਹਦੇ ਕੋਲ ਹੁੰਦਾ, ਕੁੰਡਾ ਲੋਹੇ ਦਾ, ਐਂ ਮੋੜ ਮੋੜ ਲਿਆਉਂਦਾ, ਇੱਧਰ ਇੱਧਰ ਨਹੀਂ, ਉਹ ਆਪਦੀ ਮਰਜ਼ੀ ਨਾਲ 10 ਦਿਸ਼ਾ ਨੂੰ ਵੀ ਤਾਂ ਬੜੀ ਤੇਜ਼ ਰਫ਼ਤਾਰ ਨਾਲ, ਤਾਕਤ ਸ਼ਕਤੀ ਕਿਤਨੀ ਹੈ ਉਹਦੇ ਵਿੱਚ, ਬੰਦੇ ਦੇ ਆਮ ਰੋਕਣ ਦੀ ਤਾਕਤ ਨਹੀਂ, ਪਰ ਬੰਦਾ ਹੈ ਉਹ ਜ਼ਰੂਰ ਉੱਤੇ ਬੈਠਾ, ਉਹਦਾ ਬਲ ਕਿਤਨੇ ਹਾਥੀ ਦਾ, ਉਹਨੂੰ ਰੋਕਣ ਵਾਲਾ ਹਥਵਾਨ ਗੁਰੂ ਦੀ ਕਿਰਪਾ ਹੈ, ਗੁਰੂ ਦੀ ਜੁਗਤੀ ਅੰਕਸ, ਗੁਰੂ ਜੀ ਨੇ ਸਾਧੂ ਸਤਿਗੁਰ ਜੇ ਮਿਲੇ, ਪੂਰਨ ਮਹਾਂਪੁਰਖ ਦੀ ਪ੍ਰਾਪਤੀ, ਗੁਰਾਂ ਦੀ ਪ੍ਰਾਪਤੀ, ਜਿਹੜੀ ਮਨ ਨੂੰ ਮੋੜ ਮੋੜ ਕੇ ਜਗਿਆਸੂ ਦੇ ਮਨ ਨੂੰ ਸਮਾਧੀ, ਭਾਵੇਂ ਤੁਰੇ ਜਾਂਦੇ ਹਨ ਇੱਧਰ ਉੱਧਰ ਖਿਆਲ ਖਿੰਡਾਰ ਹੋਣ ਤੋਂ ਰੋਕ ਲਵੇ, ਰੋਕਣਾ ਹੀ ਵੈਰਾਗ ਦੀ ਅਵਸਥਾ ਤਿਆਗ, ਔਰ ਕਰਮ ਕਰਦਾ ਭਗਤੀ ਦਾ ਰੰਗ, ਕਰਮ ਹੈ ਚਾਹੇ ਲੱਕ ਦੁੱਖ ਨੇ ਸੁੱਖ ਨੇ, 6 ਅੰਗ ਨੇ ਭਗਤੀ ਦੇ, ਗਰਮੀ ਸਰਦੀ ਦੁੱਖ ਸੁੱਖ ਭੁੱਖ ਅਤੇ ਪਿਆਸ, 6 ਨੂੰ ਲਤਾੜ ਦੇਵੇ। ਹੁਣ ਇਹ ਨਿਰਣਾ ਤੋਂ ਗੁਰੂ ਮਹਾਂਪੁਰਸ਼ ਹੀ ਕਰਾ ਸਕਦੇ ਨੇ ਕਿ ਆਪਣੇ ਆਪ ਪਤਾ ਹੈ ਕਿ ਮੈਂ ਕਿੱਥੇ ਕੁ ਪਹੁੰਚ ਗਿਆ। ਪੜ੍ਹਾਈ ਇੱਕ ਸਟੂਡੈਂਟ ਹੈ, ਕਰੀ ਜਾਂਦਾ ਜਿਤਨਾ ਚਿਰ ਉਸਨੂੰ ਤਾਲੀਮ ਪੜ੍ਹਾਉਣ ਵਾਲੇ ਟੀਚਰ, ਮੁਨਸ਼ੀ, ਉਸਤਾਦ, ਪ੍ਰੋਫੈਸਰ, ਡਾਕਟਰ ਲੋਕ ਰੂਪ ਤੱਕ ਪ੍ਰਿੰਸੀਪਲ ਨਹੀਂ ਮਿਲਦੇ, ਔਰ ਇਮਤਿਹਾਨ ਨਹੀਂ ਉਹਦਾ ਹੁੰਦਾ, ਉਹਨੂੰ ਰੋਜ਼ ਦਾ ਲੈਕਚਰ ਨਹੀਂ ਮਿਲਦਾ, ਔਰ ਉਹਦੇ ਇਮਤਿਹਾਨ ਨਹੀਂ ਹੁੰਦੇ, ਉਹਨੂੰ ਕੋਈ ਪਤਾ ਨਹੀਂ ਕਿ ਮੈਂ ਕਿਹੜੀ ਕਲਾਸ ਪਾਸ ਕਰ ਲਈ, ਮੈਂ ਕਿਹੜੀ ਡਿਗਰੀ ਵਿੱਚ, ਹੁਣ ਮੈਂ ਕਿੱਥੇ ਵਿਚਰਦਾ ਹਾਂ। ਇਹਨਾਂ 'ਚੋਂ ਕੋਈ ਸਾਧੂ ਐਸਾ ਹੈ, ਐਸੇ ਸੋਚ ਲੈਣ ਜਿਹੜਾ ਇਹ ਧਰਮ ਕਰਮ ਭਗਤੀ ਅਤੇ ਗਿਆਨ ਆਨੰਦ ਅਵਸਥਾ ਨੂੰ ਪ੍ਰਾਪਤ ਹੋ ਕੇ ਜਿਹਦੇ ਦਰਵਾਜ਼ੇ 'ਤੇ ਕਰੋੜਾਂ ਸੈਂਕੜੇ ਹਜ਼ਾਰਾਂ ਅਨੰਤ, ਉੱਥੇ 100,000,00,000 ਕਰੋੜ ਦੀ ਗਿਣਤੀ ਨਹੀਂ, ਅਨੰਤ ਹੀ ਮੁਕਤੀਆਂ ਖੜੀਆਂ ਪਹਿਰੇ ਦਿੰਦੀਆਂ ਹੋਣ, ਜਾ ਕੇ ਹਰ ਸਹਿ ਠਾਕਰ ਭਾਈ, ਇਹਦਾ ਮੁਤਾਲਿਆ ਹੈ, ਇਹਦਾ ਅਰਥ ਬੋਧ ਟਰਾਂਸਲੇਸ਼ਨ ਤਰਜਮਾ ਨਿਚੋੜ, ਕੋਈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਮਹਾਂਪੁਰਖ ਇਤਨੀ ਕਮਾਈ ਦਾ ਮਾਲਕ ਹੈ? ਅਣਜਾਣ ਲਾ ਲਓ, ਉਹਨੂੰ ਨੰਬਰ ਅਣਜਾਣ ਦੇ ਦੇਊਗਾ, ਅਨਪੜ੍ਹ ਦੇ ਦੇਊਗਾ,
ਇਮਤਿਹਾਨ ਅਨਪੜ੍ਹ ਲੈ ਲਊਗਾ। ਨੋ ਨੋ, ਉਹ ਕੌਣ ਹੈ? ਆ ਕਰਮ ਯੋਗੀਆਂ ਦੀ ਹੀ ਅਵਸਥਾ, ਜਿਹੜੇ ਮਹਾਂਪੁਰਖ ਆਪ ਜਪਦੇ ਨੇ ਅਤੇ ਉਹ ਦੂਸਰੇ ਨੂੰ ਜਪਾਉਣ ਦੀ। ਆਓ ਪਿਆਰ ਨਾਲ, ਬਈ ਨਾਮ ਜਪਣ ਦੀ ਜੁਗਤੀ ਸੰਤ ਬਿਤਾਉਂਦੇ ਨੇ, ਨਾਮ ਜਪਣ ਦੀ ਜੁਗਤੀ ਸੰਤ ਬਿਤਾਉਂਦੇ ਨੇ, ਨਾਮ ਜਪਣ ਦੀ ਜੁਗਤੀ ਸੰਤ। ਨਾਮ ਜਪਣ ਦੀ ਜੁਗਤੀ ਸੰਤ ਬਿਤਾਉਂਦੇ ਨੇ, ਨਾਮ ਜਪਣ ਦੀ ਜੁਗਤੀ ਸੰਤ ਬਿਤਾਉਂਦੇ ਨੇ। ਜਪਣ ਦੀ ਜੁਗਤੀ, ਨਾਮ ਜਪਣ ਦੀ ਜੁਗਤੀ, ਜੋਗ ਜੁਗਤ ਵਾਲੀ ਜੁਗਤੀ, ਨਾਮ ਜਪਣ ਦੀ ਜੁਗਤੀ। ਨਾਮ ਜਪਣ ਦੀ ਜੁਗਤੀ ਸੰਤ ਬਿਤਾਉਂਦੇ ਨੇ, ਨਾਮ ਜਪਣ ਵਾਲੀ ਜੁਗਤੀ ਸੰਤ ਬਿਤਾਉਂਦੇ ਨੇ। ਵੀਰ ਸੇਵਾ ਕੋਈ ਇੱਕ ਸੰਤ ਇੱਕ ਰਾਮ ਜੋ ਦਾਤਾ ਮੁਕਤ, ਸੋ ਜਿੱਥੇ ਯੋਗ ਯੁਗ ਦੀ ਗੱਲ, ਯੋਗ ਬਿਰਤੀ ਇਕਾਂਤ ਕਰ ਲੈਣੀ। ਕਿਤਨੇ ਪ੍ਰਕਾਰ ਦਾ ਯੋਗ ਹੈ, ਹੱਠ ਸਹਿਜ ਦੇ ਨਾਲ 22 ਤੋਂ ਵੀ ਜ਼ਿਆਦਾ ਨੇ ਯੋਗੀਆਂ ਦੇ ਮਾਰਗ। ਤੋ ਨਾਮ ਦੇ ਪ੍ਰਥਾਏ ਸੀ ਕਿ ਬਈ ਇਹ ਜੁਗਤੀ, ਇਹ ਤਰੀਕਾ, ਪਹਿਲਾਂ ਬੈਠਣ ਦਾ ਹੀ ਨਹੀਂ ਆਉਂਦਾ ਵੀ ਬੈਠਣਾ ਵੀ ਕਿਵੇਂ ਆਪਦੇ ਆਸਣ 'ਤੇ, ਫਿਰ ਸਾਵਧਾਨ ਕਰਨਾ, ਸਮਾਧਾਨ ਸਮਾਧ ਖੱਟ ਔਰ ਤਿਕਸ਼ਾ ਜਾਣ, ਸਮਾਧਾਨ। ਫਿਰ 8 ਸਾਧਨ ਨੇ ਬੈਠਣ ਬੈਠਣ ਦੇ ਵਾਸਤੇ ਹੀ, ਇਹ ਯੋਗ ਇਹ ਤਰੀਕੇ ਨੇ। ਕੋਈ ਮਹਾਂਪੁਰਖ ਭਾਗਾਂ ਵਾਲਿਆਂ ਨੂੰ ਮਿਲਦੇ ਹੁੰਦੇ ਨੇ, ਮਿਲੇ ਤਾਂ ਸਭ ਨੂੰ ਇਹੀ ਨਹੀਂ ਹੋਣੇ ਨੇ, ਪਰ ਜਿਹੜਾ ਇਸ ਮੰਜ਼ਿਲ ਨੂੰ ਤੈਅ ਕਰਨੀ ਚਾਹੁੰਦਾ ਹੈ, ਮੂਰਖ ਮਨ ਨੂੰ ਸਮਝਾਉਣਾ ਹੈ। ਮਨ ਮੂਰਖ ਅਜੂ ਨਹਿ ਸਮਝਿਤ, ਸਿੱਖਦੇ ਹਾਰਿਓ ਨੀਤ ਕਿਤਨੇ ਪ੍ਰਮਾਣ ਹੁੰਦੇ ਨੇ। ਮਨ ਪ੍ਰਬੋਧ ਹੋ, ਮਨ ਨੂੰ ਪ੍ਰਬੋਧ ਬੋਧ ਹੈ, ਪ੍ਰਬੋਧ ਪਵਿੱਤਰ ਉਪਦੇਸ਼, ਬ੍ਰਹਮ ਗਿਆਨ ਦਾ ਉਪਦੇਸ਼। ਵੀ ਮੁੜਿਆ ਤਾਂ ਕੀ ਲੈਣਾ ਅਲਗਰਜ਼ੀਆਂ ਤੋਂ, ਇੱਥੇ ਬਹੁਤ ਦੇ ਜੀਵਨ ਗਰਕ ਹੋਏ ਨੇ,
ਬਚ ਜਾ ਨਰ ਅਚੇਤ ਪਾਪ ਤੇ ਡਰ ਰਹੇ। ਤੋ ਮਹਾਂਪੁਰਖ ਖਾਤਰ ਅੱਗੇ ਕਿਤਨੇ ਸਤਿਪੁਰਸ਼ਾਂ ਦਾ ਨਾਂ ਲਿਆ ਗਿਆ ਵੀ ਇਹ ਧਰਤੀ ਵਿੱਚ ਸ਼੍ਰੋਮਣੀ ਸਭ ਤੋਂ ਬੜੇ ਸੰਤ ਬਾਬਾ ਅਤਰ ਸਿੰਘ ਜੀ ਦਾ ਪਵਿੱਤਰ ਨਾਮ ਲਿਆ ਗਿਆ ਪਹਿਲਾਂ। ਨਾਮ ਲੈਣ ਨਾਲ ਇਹ ਆਤਮਿਕ ਸ਼ਾਂਤੀ ਦਾ ਆਨੰਦ ਪ੍ਰਾਪਤ ਖਜ਼ਾਨੇ ਮਿਲ ਜਾਂਦੇ ਨੇ। ਸੰਤ ਬਿਸ਼ਨ ਸਿੰਘ ਜੀ ਮਹਾਰਾਜ ਇਹ ਐਸੇ ਬ੍ਰਹਮ ਗਿਆਨੀਆਂ ਦੀ ਧਰਤੀ ਵੀ ਕਿਤਨਿਆਂ ਸਤਿਪੁਰਸ਼ਾਂ ਨੂੰ ਯਾਦ ਕੀਤਾ ਗਿਆ, ਕਿਉਂ ਕੀਤਾ ਗਿਆ? ਬਸ ਕਮਾਈ ਆਪਣੀ ਕਦੇ ਰੱਜ ਨਾ ਆਏ, ਆਪਣੀ ਕਮਾਈ ਕਰੇ ਤੋਂ ਬਿਨਾਂ ਆਤਮਿਕ ਆਨੰਦ ਦਾ ਖਿੜਾ ਨਹੀਂ ਖਿੜਦਾ। ਉਹ ਕਵਲ ਫੁੱਲ ਜਿਹੜਾ ਅੰਦਰ ਸਾਰਿਆਂ ਦੇ ਹੈ ਉਹ ਪ੍ਰਕਾਸ਼ ਨਹੀਂ ਦਿੰਦਾ ਹੈ ਉਹਨਾਂ ਨੂੰ। ਤੋ ਬੈਠਣਗੇ ਵੀ ਧਿਆਨ ਕਿੱਥੇ ਟਿਕਾਉਣਾ, ਚਲੋ ਫਿਰ ਸੁਰਤੀ ਕਿੱਥੇ ਰੱਖਣੀ ਹੈ, ਬਿਰਤੀ ਕਿੱਥੇ, ਇਹ ਨੇ ਜੁਗਤੀਆਂ। ਇਹ ਹੌਲੀ ਹੌਲੀ ਮਹਾਂਪੁਰਸ਼ ਪੂਰਨ ਮਹਾਂਪੁਰਖ ਮਿਲ ਜਾਂਦੇ। ਦੇਖੋ ਰਾਣਾ ਸਾਹਿਬ ਮਹਾਰਾਜ ਦੇ ਜਾਂਦੇ ਸੀ, ਤੁਹਾਨੂੰ ਉਦੋਂ ਬਾਅਦ ਇਲਾਕੇ ਨੂੰ ਵੀ ਪਤਾ, ਜਥੇ ਤਾਂ ਬੱਚੇ ਥੋੜ੍ਹੇ ਨੇ, 70 ਬੱਚੇ ਸੀ ਆ ਕੀਰਤਨ ਨੂੰ ਜੋੜੇ। ਇਹ ਵੀ ਕਹਿ ਦੇਣਗੇ ਆ ਸਿਉੜੇ ਵਾਲੀਆਂ ਧਾਰਨਾ ਤਾਂ ਮੈਂ ਵੀ ਪੜ੍ਹ ਲੂੰਗਾ। ਇਹ ਤਾਂ ਇੱਕ ਕਲਾਸ ਹੈ, ਇਹ ਤਾਂ ਅਜੇ ਸ਼ੁਰੂ ਕੀਤੇ ਹੋਏ ਰਸਤੇ ਦਾ, ਮਾਰਗ ਦਾ, ਜਿਵੇਂ ਸਕੂਲ ਵਿੱਚ ਪ੍ਰਵੇਸ਼ ਹੋਣਾ, ਦਾਖਲ ਹੋਣਾ, ਵੀ ਹਾਂ ਇਹ ਬੱਚੇ ਪੜ੍ਹਾਉਣੇ ਨੇ, ਪੜ੍ਹਾਉਣੇ ਨੇ, ਪੜ੍ਹਨਗੇ ਕਦੀ ਨਹੀਂ ਪੜ੍ਹਨਗੇ, ਇਹ ਤਾਂ ਬਹੁਤ ਦੂਰ ਪਈ ਹੈ ਮੰਜ਼ਿਲ, ਤਾਂ ਮਰਿਆਂ ਬਿਨਾਂ ਨਹੀਂ ਮਿਲਦਾ ਕੁਛ। ਫਿਰ ਪੂਰਨ ਮਹਾਂਪੁਰਖ ਨਹੀਂ ਮਿਲਦਾ, ਪੂਰਨ ਜਗਿਆਸੂ ਅਧਿਕਾਰੀ ਮਤਲਬ ਮਮੋਕਸ਼ੂ ਜਿਸ ਨੂੰ ਕਹਿੰਦੇ ਹਾਂ, ਪੂਰਨ ਵੈਰਾਗੀ ਨਹੀਂ ਮਿਲਦਾ। ਵੈਰਾਗ ਦੇ ਲਕਸ਼ਣ ਸੁਣਦੇ ਰਹਿੰਦੇ ਹੋ। ਤੋ ਐਸੀ ਜੁਗਤੀ ਦਾ ਦਹਿ ਦਸਤਾਵਤ ਮਨ ਨੂੰ ਸਮਝਾਉਣ ਵਾਸਤੇ ਕਿਤਨਾ ਉਪਦੇਸ਼ ਹੈ, ਚਾਰ ਪੁਕਾਰ ਹੈ ਨਾ ਤੂੰ ਮਾਨੇ ਖੱਟ ਪੀ ਏਕਾ ਵਾਤ ਮੁਖਾਨੇ, ਚਾਰੇ ਵੇਦ ਔਰ ਚਾਰੇ ਕਿਤੇਬ, ਛੇ ਸ਼ਾਸਤਰ ਛੇ ਗੁਰੂ ਉਪਦੇਸ਼ ਦੇ ਰਹੇ ਨੇ, 10 ਅਸ਼ਟੀ 10 ਅਤੇ 8 ਮਿਲ ਏਕੋ ਕਹਿ, 18 ਪੁਰਾਣਾਂ ਨੇ ਵੀ ਤੈਨੂੰ ਇੱਕੋ ਹੀ ਗੱਲ ਆਖੀਏ, ਤਾਂ ਵੀ ਜੋਗੀ ਭੇਦ ਨਾ ਲਏ ਜੋਗੀ ਆ, ਜੋਗ ਜੋਗ ਜੁਗਤ ਦੀ ਗੱਲ ਤੈਂ ਸਮਝੀ ਨਹੀਂ। ਇਸ ਰਸਤੇ 'ਤੇ ਚੱਲਣ ਵਾਲਿਆਂ ਨੂੰ ਉਪਦੇਸ਼ ਫਿਰ ਮਿਲਦਾ ਹੈ। ਬਈ ਨਾਮ ਜਪਣ ਦੀ ਜੁਗਤੀ ਸੰਤ ਬਤਾਉਂਦੇ ਨੇ, ਨਾਮ ਜਪਣ ਦੀ ਜੁਗਤੀ ਸੰਤ ਬਤਾਉਂਦੇ ਨੇ, ਨਾਮ ਜਪਣ ਦੀ ਜੁਗਤੀ ਸੰਤ ਬਤਾਉਂਦੇ ਨੇ, ਕਿਉਂ ਰੌਲਾ ਪਾਇਆ ਨੇ? ਉੱਧਰ ਦੀ ਨਹੀਂ ਬੈਠਿਆ ਜਾਂਦਾ, ਉੱਧਰ ਦੀ ਆ ਜਾਓ ਤੁਸੀਂ। ਓ ਨਾਮ ਜਪਣ ਦੀ ਜੁਗਤੀ, ਨਾਮ ਜਪਣ ਦੀ ਜੁਗਤੀ, ਨਾਮ ਜਪਣ ਵਾਲੀ ਜੁਗਤੀ, ਨਾਮ ਜਪਣ ਦੀ ਜੁਗਤੀ, ਨਾਮ
ਨਾਮ ਜਪਣ ਦੀ ਜੁਗਤੀ ਸੰਤ ਬਤਾਉਂਦੇ ਨੇ, ਨਾਮ ਜਪਣ ਦੀ ਜੁਗਤੀ ਸੰਤ ਬਤਾਉਂਦੇ ਨੇ। ਨਾਮ ਜਪਣ ਦੀ ਜੁਗਤੀ ਸੰਤ ਬਤਾਉਂਦੇ, ਨਾਮ ਜਪਣ ਦੀ ਜੁਗਤੀ ਸੰਤ ਬਤਾਉਂਦੇ ਨੇ। ਵੀਰ ਸੇਵਾ ਕੋ ਦੋਏ ਫਲ, ਰਾਮ ਜੋ ਦਾਤਾ ਮੁਕਤ, ਤੋ ਆਪ ਮਹਾਂਪੁਰਸ਼ਾਂ ਦੀ ਜੀਵਨ ਦੀ ਗਾਥ ਤੋਂ, ਜੀਵਨ ਤੋਂ ਲਾਹਾ ਲੈਣ ਵਾਲੇ ਜਗਿਆਸੂ ਮਮੋਕਸ਼ੂ ਕਹੀਏ, ਮੁਕਤੀ ਦਾ ਕੋਈ ਚਾਹਵਾਨ ਹੈ ਤੋ ਮਾਨਸ ਜਨਮ ਹੀ ਹੈ ਇੱਕ ਤੋਂ ਇਸ ਦੇ ਵਾਸਤੇ, ਔਰ ਜੋਨਾ ਪਾਣੀ ਭਰਨ ਵਾਲੀਆਂ ਹਨ ਤੇਰੀਆਂ ਇਸ 'ਤੇ ਚੱਲਦੇ ਸੀ, ਤੋ ਮਨ ਨੂੰ ਉਪਦੇਸ਼ ਦੇਣਾ, ਮਨ ਪ੍ਰਬੁੱਧ ਹੋ ਹਰ ਕਹਿਣਾ ਹੈ ਕਿ ਮੁੜਿਆ ਐ ਮੂਰਖ ਮਨਾ ਮੁੜਿਆ, ਮੂਰਖ ਇੱਕ ਮਹਾਂਮੂਰਖ, ਮੂਰਖ ਉਹ ਜੋ ਮੁਗਧ ਹੈ ਜੋ ਮੰਨੇ ਨਾ ਹੀ ਨਾ। ਮੂਰਖ ਕੇ ਕਿਆ ਲੱਖਣ ਹੈ, ਮੂਰਖ ਕਾ ਕਿਆ ਕਹਿਣਾ, ਮੂਰਖ ਉਹ ਜੋ ਮੁਗਧ ਹੈ ਅਹੰਕਾਰੇ ਮਰਨ, ਅਹੰ ਮੈਂ ਕਰਤਾ, ਜੋ ਮੈਂ ਕੰਮ ਕਰਦਾ ਮੈਂ ਕਰ ਰਿਹਾ ਇਹ ਠੀਕ ਹੈ, ਮੂਹ ਮੇਰੀ ਰੱਖ ਆਪਣੀ ਜਚਾਉਣ ਵਾਲਾ ਹੈ। ਤੂੰ ਕਿਹਾ ਇੱਕ ਸਦਾ ਸੁਹਾਗਣਾ ਵਾਸਤੇ ਉਪਦੇਸ਼ ਮਿਲਦਾ ਹੈ, ਗੁਰਮੁਖ ਲੋਕ ਗੁਰਸਿੱਖ ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਸਰੂਪ ਸ਼ਬਦ ਗੁਰੂ ਦੀ ਟੇਕ ਰੱਖਣ ਤੋਂ ਬਾਅਦ ਉਹਦਾ ਉਪਦੇਸ਼ ਮਿਲਣਾ, ਸਰਵਣ ਕਰਨਾ ਔਰ ਮੰਨਣ ਵਿੱਚ ਲਿਆਉਣਾ, ਉਸ ਤੋਂ ਮੰਨ ਤੋਂ ਲਿਆ ਹੈ ਫਿਰ ਅੱਗੇ ਕਮਾਈ ਕਰਨ ਵਿੱਚ ਸਮਰੱਥ ਹੋਣਾ, ਸੰਤ ਮਹਾਰਾਜ ਦੇ ਜੀਵਨ ਦੇ ਨਾਲ ਇਹ ਸ੍ਰਿਸ਼ਟੀ ਹੋਈ। ਮੈਂ ਆਖੂੰਗਾ ਸੰਤ ਆਤਰ ਸਿੰਘ ਮਹਾਰਾਜ ਗੁਰੂ ਸਾਗਰ ਮਸਤਵਾਣਾ ਸਾਹਿਬ, ਜਿਨ੍ਹਾਂ ਦੀ ਕਮਾਈ ਨੇ ਕਿਤਨਾ ਸਮਾਂ ਸੱਚਖੰਡ ਹਜ਼ੂਰ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਈ ਦਫਾ ਆਗਮਨ ਹੋਇਆ, ਕੋਲ ਆਉਣਾ ਹੋਇਆ ਮਤਲਬ, ਔਰ ਇਸ ਮਾਲਵੇ ਦੀ ਧਰਤੀ ਵਿੱਚ ਆਪ ਰਿਸ਼ੀਕੇਸ਼ ਤੋਂ ਲੈ ਕੇ ਬਠਿੰਡਾ ਇਲਾਕਾ, ਅੱਜ ਉੱਧਰਲੇ ਵੀ ਇੱਕ ਸਰਜਨ ਸਰਦਾਰ ਬੈਠੇ ਨੇ, ਭਾਈ ਕੀ ਥੇੜੀ ਚੇਲਿਆਂ ਵਾਲੀ, ਤੁਸੀਂ ਸੰਤ ਵਿਲਾਸ ਵਿੱਚ ਆਨੰਦ ਮਾਣਦੇ ਹੋ, ਪੋਠੋਹਾਰ ਦੀ ਧਰਤੀ ਜਿੱਥੇ ਸਮਾਧੀ 36 ਅਵਕਾਲ 6 ਕਾਲ ਚੌਥਾ ਹੈ,
ਸਮਾਧੀ ਲੱਗ ਜਾਣੀ। ਜਿਸ ਸਮਾਧੀ ਦਾ ਆਨੰਦ ਪੋਠੋਹਾਰ ਦੇ ਲੋਕ ਕਲਰ ਕਨੋਆ ਕੋਰ ਤਪੱਸਿਆ ਦਾ ਆਨੰਦ ਜਿਹੜਾ ਵਧਿਆ ਸੀ ਉਸ ਕਮਾਈ ਦੇ ਸਦਕੇ ਕਈ ਦਫ਼ਾ ਦੁਸ਼ਮੇ ਜੀ ਨੇ ਘੋਲ ਲੈ ਰੱਖ ਜਾਂਦੇ ਹਨ। ਹੁਕਮ ਕੀਤਾ ਸੰਤ ਅਤਰ ਸਿੰਘ ਜੀ, ਤੁਹਾਡੀ ਭਗਤੀ ਪੂਰੀ ਹੋ ਚੁੱਕੀ ਹੈ, ਤੁਸੀਂ ਹੁਣ ਸੰਸਾਰ ਵਿੱਚ ਨਾਮ ਜਪਾਓ। ਸੰਸਾਰ ਵਿੱਚ ਅਮਰ ਦੀਆਂ ਦਾਤਾਂ ਵਰਤਾਓ। ਤਿੰਨ ਯੋਗੀਆਂ 'ਚੋਂ ਐਸੇ ਭਗਵਾਨ ਨੇ ਅਰਜਨ ਨੂੰ ਕਿਹਾ ਹੈ। ਇੱਕ ਹਠੀ ਯੋਗੀ ਹਨ, ਮੰਨ ਲਿਆ ਹਾਂ, ਜਪ ਤਪ ਹਠ ਆਦਿ ਹਠੀਆਂ ਦੀ ਵੀ ਅਰਦਾਸ ਹੋ ਵੀ ਹਟ ਕਰਕੇ ਮੈਂ ਇੰਨਾ ਜਪ ਜ਼ਰੂਰ ਕਰੂੰ, ਤਪ ਕਰੂੰਗਾ, ਮੌਨ ਰੱਖੂੰਗਾ। ਕਰਮ ਯੋਗੀ, ਤਪੀਸ਼ਰ ਯੋਗੀ ਅਤੇ ਗਿਆਨੀ ਯੋਗੀ। ਮਹਾਨ ਤਪੀਸ਼ਰ ਤਪ ਧਾਰਨ ਕਰਕੇ ਬ੍ਰਹਮ ਦੀ, ਰੱਬ ਦੀ, ਗੋਡ ਦੀ, ਅੱਲਾ ਦੀ, ਵਾਹਿਗੁਰੂ ਦੀ ਪ੍ਰਾਪਤੀ ਕਰ ਲੈਣੀ। ਐਸਾ ਯੋਗੀ ਆਪਣੇ ਨਿੱਜੀ ਆਨੰਦ ਵਿੱਚ ਮਗਨ ਰਹਿੰਦਾ ਹੈ ਔਰ ਗਿਆਨ ਦੀ ਪ੍ਰਾਪਤੀ ਪਰੋਕ ਅਪਰੋਕ ਬ੍ਰਹਮ ਗਿਆਨ। ਅੰਧ ਗਿਆਨ ਤੋਂ ਸੰਸਾਰ ਨੂੰ ਹੈ, ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਈ ਅੰਧੇਰੀ ਕੋਠੜੀ ਵਿੱਚ ਜਿੱਥੇ ਆਪਦਾ ਹੱਥ ਮਾਰਿਆ ਆਪੇ ਨਜ਼ਰ ਨਹੀਂ ਆਉਂਦਾ, ਕੋਈ ਦੀਵਾ ਨਹੀਂ, ਉੱਥੇ ਤੋਂ ਚਾਹੇ ਇੱਕ ਗਰੀਬ ਤੋਂ ਗਰੀਬ ਵੀ ਜਿਸਦੇ ਹਥੇਲੀ 'ਤੇ ਕੋਈ ਕੌਡੀ ਨਹੀਂ ਰੱਖਦਾ ਉਹਨੂੰ ਪ੍ਰਵੇਸ਼ ਕਰ ਦਿਓ, ਭਾਵੇਂ ਬੇਸ਼ੱਕ ਬਾਦਸ਼ਾਹ ਨੂੰ ਕਰ ਦਿਓ, ਰਾਜੇ ਮਹਾਰਾਜੇ ਨੂੰ, ਕਿਸੇ ਨੂੰ, ਚੱਲ ਅੰਦਰ, ਦੋਨੇ ਟੱਕਰਾਂ ਮਾਰਦੇ ਫਿਰੀ ਜਾਣਗੇ। ਲਿਹਾਜ਼ ਨਹੀਂ, ਉੱਥੇ ਕਿ ਰਾਜਾ ਹੈ, ਅੰਧੇਰੇ ਦੀ ਲਿਹਾਜ਼ ਨਹੀਂ। ਅੰਧੇਰਾ ਤੋਂ ਚਾਹੇ ਗਰੀਬ ਨੂੰ ਹੈ ਚਾਹੇ ਅਮੀਰ ਨੂੰ ਹੈ, ਅੰਧਕਾਰ ਹੈ। ਇੱਥੇ ਸੁੱਖ ਕਿੱਥੇ? ਸੰਸਾਰ ਵਿੱਚ ਸੁੱਖ ਕਿੱਥੇ ਹੈ? ਸਾਰ ਸੁੱਖ ਕਿੱਥੇ? ਅਗਰ ਸੁੱਖ ਹੈ ਤਾਂ ਗੁਰੂ ਦੇ ਚਰਨਾਂ 'ਚ ਮਨ ਰਹੇ, ਸੁੱਖ ਸਾਧ ਸੰਗ ਪਾਏ। ਜਿਸ ਸੁੱਖ ਕੋ ਨਿਤ ਬਾਂਛੈ ਮੀਤ, ਸੋ ਸੁੱਖ ਸਾਧੂ ਸੰਗ ਪ੍ਰੀਤ। ਸੁੱਖ ਹੇਤ ਨਰ ਬਹੁ ਦੁੱਖ ਪਾਵਤ, ਨੇ ਸ਼ੁੱਧ ਰਾਮ ਭਜਨ। ਸੁੱਖ ਵਾਸਤੇ ਬੜੇ ਦੁੱਖ ਕੱਟਦਾ ਫਿਰਦੇ, ਮੈਨੂੰ ਸੁੱਖ ਮਿਲ ਜੇ, ਪਰ ਨਹੀਂ, ਦੁਨਿਆਵੀ ਸੁੱਖ ਦੇਖਦੇ, ਇਕਾਤਮਕ ਸੁੱਖ ਦੇਖਦੇ। ਆਨੰਦ ਕਿਹਾ ਜਿੱਥੇ ਸ਼ਾਂਤੀ ਆ ਗਈ, ਪੂਰਨ ਹੋ ਜਾਏ। ਵਿਖਿਆ ਆਨੰਦ ਵਿਸ਼ਈ ਪੁਰਸ਼, ਵਿਖਿਆ ਆਨੰਦ ਸੰਸਾਰ ਹੈ। ਸੰਸਾਰ ਦੇ ਲੋਕ ਵਿਸ਼ੇ ਸੁੱਖਾਂ ਵਿੱਚ ਆਨੰਦ ਮਾਣਦੇ ਹਨ, ਪਰ ਤ੍ਰਿਪਤੀ ਨਹੀਂ, ਭੁੱਖ ਨਹੀਂ ਲੈਂਦੀ ਹੈ। ਆਖਰ ਦੁੱਖ ਹੀ ਦੁੱਖ ਹੈ। ਹਰ ਕੰਗ ਤਾਂ ਸੋਗੰ, ਭੋਗੰ ਤਾਂ ਰੋਗੰ, ਤੋ ਇੱਥੇ ਨਹੀਂ ਸੁੱਖ ਮਿਲਿਆ। ਭਜਨਾ ਆਨੰਦ ਹਰੀਦਾਸ, ਹਰ ਜਨ ਪ੍ਰਭੂ ਪਿਆਰੇ, ਪਰਮੇਸ਼ਰ ਦੇ ਪਿਆਰੇ। ਭਜਨ ਜਿਮਰ ਸਿਮਰਨ, ਜਿਤਨਾ ਚਿਰ ਸਿਮਰਨ ਕਰਦੇ ਹਨ ਉਹਨਾਂ ਨੂੰ ਉੱਥੇ ਹੀ ਆਨੰਦ, ਸੁੱਖ, ਆਤਮਕ ਸ਼ਾਂਤੀ ਕੁਛ ਹੈ,
ਛੱਡ ਦਿਓ ਤਾਂ ਉਹੀ ਬੁਰਾ ਹਾਲ ਹੋ ਜਾਂਦਾ। ਕਰਮ ਅਤੇ ਭਗਤੀ ਇਹਦੇ 'ਤੇ ਕੁਛ ਪਹਿਲਾਂ ਬੋਲ ਵੀ ਚੁੱਕੇ ਹਾਂ। ਪੂਰਨ ਹੋ ਗਈ, ਸਰਵਣ ਕੀਤਾ, ਮੰਨਣ ਕੀਤਾ, ਕਮਾਈ ਕੀਤੀ, ਕਮਾਈ ਕਰਕੇ ਪਹੁੰਚ ਗਏ ਕਿ ਬਈ ਬਾਲਿਆਲ ਸਾਹਿਬ ਭੋਗੀ ਵਾਲ ਜਾਣਾ। ਸੁਣ ਤਾਂ ਲਿਆ ਬਹੁਤ ਨੇ, ਇਸ਼ਤਿਹਾਰ ਵੀ ਸੁਣ ਲਏ, ਮੰਨਣ ਵਾਲਿਆਂ ਨੇ ਮੰਨ ਵੀ ਲਿਆ। ਤੀਸਰੇ ਜਿਹੜੇ ਚੱਲ ਪਏ ਕਮਾਈ ਵਾਸਤੇ ਆਪਣੇ ਟਿਕਾਣਿਆਂ ਤੋਂ, ਘਰਾਂ ਤੋਂ, ਪਿੰਡਾਂ ਤੋਂ, ਔਰ ਦਰਵਾਜ਼ੇ 'ਤੇ ਪਹੁੰਚ ਗਏ। ਸੋ ਦਰ ਕਿਹਾ, ਸੋ ਕਰ ਕਿਹਾ, ਵੇਦਾਂਤ ਦੇ ਅੰਦਰ ਸੋਦਰ ਨੂੰ ਬ੍ਰਹਮ ਗਿਆਨ ਦਾ ਸਰੂਪ ਵਰਣਨ ਕੀਤਾ। ਗੇਟ ਦਰਵਾਜ਼ਾ, ਅੰਦਰ ਆ ਗਏ। ਸੋ ਕਰ ਕਿਹਾ, ਕਰ ਕੈਸਾ ਹੈ? ਮੋਕਸ਼। ਐਸਾ ਦਾਤਾ ਮੁਕਤੀ ਦਾ ਮਾਲਕ ਬੈਠਾ ਜਿਹਦੇ ਵਾਸਤੇ ਸੁਣਿਆ ਸੀ, ਮੰਨਣ ਵਿੱਚ ਆਇਆ, ਕਮਾਈ ਵੀ ਪੂਰੀ ਹੋ ਗਈ। ਕਹਿੰਦੇ ਆ ਇਹ ਕਮਾਈ ਵਾਲੇ ਸਾਧੂ ਹਨ। ਅਗਰ ਇਤਨੀ ਕਮਾਈ ਨਾ ਹੁੰਦੀ ਤਾਂ ਸੰਤ ਆਤਰ ਸਿੰਘ ਮਹਾਰਾਜ ਗੁਰਸਾਗਰ ਮਸਤਵਾਣਾ ਨੂੰ ਅਸੀਂ ਲੋਕ ਕਿਵੇਂ ਨਮਸਕਾਰਾਂ ਕਰਦੇ? ਅੱਜ ਵੀ ਮੰਨਦੇ ਹਾਂ, ਮੰਨਦੇ ਰਹਾਂਗੇ। ਕਮਾਈ ਹੈ ਵੱਡੀ, ਕਮਾਈ ਕਰਕੇ ਇਸ ਆਨੰਦ ਨੂੰ ਬ੍ਰਹਮਾਨੰਦ ਜੀਵਨ ਮੁਕਤ, ਉਹ ਜੀਵਨ ਮੁਕਤ ਹੀ ਹਨ ਬਈ। ਵਾਸ਼ਨਾ ਨਾਸ਼, ਜਿਹਦੀ ਇੱਛਾ ਕੋਈ ਨਹੀਂ, ਕਾਮਨਾ ਕੋਈ ਨਹੀਂ, ਚਾਹਨਾ ਕੋਈ ਨਹੀਂ, ਤਾਂ ਉਹਨਾਂ ਵਾਸਤੇ ਜੀਵਨ ਮੁਕਤ, ਵਿਦੇਹ ਮੋਕਸ਼, ਸਵੈਜੈ ਸਰੂਪ ਸਾਲੋਕ ਸਮੀਪਾ, ਚਾਰ ਮੁਕਤੀਆਂ ਤੋਂ ਇਹੀ ਹੋ ਗਈ। ਜੀਵਨ ਮੁਕਤ, ਵਿਦੇਹ ਮੋਕਸ਼, ਕੇਵਲ ਮੋਕਸ਼। ਇੱਕ ਜਗ੍ਹਾ ਉਸ ਸੰਤ ਵਿਲਾਸ ਵਿੱਚ ਸੰਤ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕੇਵਲ ਮੋਕਸ਼ ਕੀ ਹੈ? ਮੁਕਤ ਤੋਂ ਹੋ ਗਿਆ, ਕੇਵਲ ਮੋਕਸ਼। ਹਜ਼ੂਰ ਨੇ ਸੰਤ ਵਿਲਾਸ ਵਿੱਚ ਇੱਕ ਮਿਸਾਲ ਦਿੱਤੀ ਉਹਨਾਂ ਸੱਜਣਾਂ ਨੂੰ। ਬਹੁਤ ਸ਼ੰਕਾਵਾਦੀ ਸ਼ੰਕਾ ਕਰਿਆ ਕਰਦੇ, ਉਹਨਾਂ ਦੀ ਸ਼ੰਕਾ ਨਿਵਿਰਤ ਹੋਣੀ ਕਿ ਭਾਈ ਇੱਕ ਸਰਬਲੋਹ ਦਾ ਜੈਸੇ ਵਾਟਾ ਹੈ, ਪ੍ਰੈਕਟੀਕਲ ਜਿਵੇਂ ਕਰਾਉਂਦੇ ਹਾਂ, ਪ੍ਰੈਕਟੀਕਲੀ ਕੀਤੇ ਤੋਂ ਬਿਨਾਂ ਪ੍ਰਾਪਤੀ ਵੀ ਨਹੀਂ ਹੁੰਦੀ। ਔਰ ਇੱਕ ਖੰਡਾ ਕੋਲ ਹੈ, ਅੰਮ੍ਰਿਤ ਛਕਾਉਣ ਦਾ ਸਮਾਂ ਲਾ ਲਓ, ਯਾਦ ਕਰ ਲੈਣਾ। ਪਤਾਸ਼ੇ ਲਿਆ ਦਿੱਤੇ, ਜਲ ਲਿਆਂਦਾ ਔਰ ਪਤਾਸ਼ੇ ਜਲ ਵਿੱਚ ਡਾਲ ਦਿੱਤੇ। ਦੇਖਦਿਆਂ ਸਭ ਨੂੰ ਪਤਾ ਸੀ ਕਿ ਪਤਾਸ਼ਿਆਂ ਦਾ ਆਕਾਰ ਹੈ ਕੋਈ। ਉਹ ਜਲ ਵਿੱਚ ਰਲਾਇਆ, ਰਲ ਗਏ, ਹੱਲ ਹੋ ਗਏ। ਉਹ ਤਾਂ ਮਿੱਠੇ ਹੁੰਦੇ ਨੇ। ਹੁਣ ਕੇਵਲ ਮੋਕਸ਼, ਉਹ ਤਾਂ ਮਿੱਠੇ ਹੁੰਦੇ ਨੇ, ਉਹ ਕਿੱਥੇ ਚਲੇ ਗਏ? ਉਸਦਾ ਚੂਲਾ ਪੜਿਆ ਭਰਿਆ ਅੰਮ੍ਰਿਤ ਦੇ ਪ੍ਰਥਾਏ ਤੋਂ, ਜਪ ਪੰਜ ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ ਚੌਪਈ ਆਨੰਦ ਸਾਹਿਬ, ਪਰ ਇੱਕ ਸਿਰਫ ਸਰੂਪ ਕੇਵਲ ਮੋਕਸ਼ ਵਾਸਤੇ ਸੀ ਕਿ ਸੱਜਣਾ ਆ ਜਿਹੜੇ ਹੱਲ ਹੋ ਗਏ ਸੀ, ਮਿੱਠ ਰਸ ਸੀ, ਚੂੜਾ ਭਰ ਕੇ ਦਿੱਤਾ, ਇਹ ਰਸ
ਸਹੀ ਜਾਣਦੇ ਜਿਉਂ ਗੂੰਗੇ ਮਠਿਆਈ। ਦੇਖੀ ਸ਼ਕੀ ਜਰਾ ਛਕਿਆ ਰਸਨਾ ਨੇ ਚੱਖਿਆ, ਹਾਂ ਮਿੱਠਾ ਰਸ ਆਇਆ ਹੈ ਜਿਸ ਵਿੱਚ ਨਹੀਂ ਪਾਏ ਗਏ ਉਹ ਜਲ ਵੀ ਦਿਓ। ਕਹਿਣਗੇ ਇਹ ਫਿੱਕਾ ਹੈ, ਇਹ ਫਿੱਕਾ ਹੈ, ਇਸ ਵਿੱਚ ਮਿੱਠ ਰਸ ਪਾਇਆ ਗਿਆ। ਸਰਵਣ ਮੰਨਣ ਨਿਧਿਆਸਨ ਕਮਾਈ ਕੀਤੀ ਔਰ ਪਹੁੰਚ ਗਏ। ਪਹੁੰਚਿਆ ਹੋਇਆ ਹੀ ਭਗਵਾਨ ਨੇ ਕਿਹਾ ਮੈਂ ਕੇਵਲ ਮੋਕਸ਼ ਨਾਲ, ਔਰ ਸੰਤ ਬਾਬਾ ਜੀ ਸ਼ਮਸ਼ੇਰ ਸਿੰਘ ਗੁੜਿਆਂ ਵਾਲਿਆਂ ਵਾਸਤੇ ਕੇਵਲ ਮੋਕਸ਼, ਔਰ ਇਸ ਦੇ ਨਾਲ ਨਾਲ ਕਰਮ ਯੋਗੀ ਕਿਹਾ।